ਇਹ ਵਿਸ਼ਵ ਜੰਗ ਦੇ ਵਿੱਚ ਲੜਾਕੂ ਜਹਾਜ਼ ਉਡਾਉਣ ਵਾਲਾ ਫਲਾਈਂਗ ਸਿੱਖ ਜਿਸ ਦਾ ਇੰਗਲੈਂਡ ਵਿੱਚ ਲੱਗਿਆ ਬੁੱਤ ਅਤੇ ਜਿਸ ਦੇ ਜੰਗੀ ਜਹਾਜ਼ ਉੱਤੇ ਲੱਗੀਆਂ 400 ਗੋਲੀਆਂ ਪਰ ਫਿਰ ਵੀ ਉਹ ਜ਼ਿੰਦਾ ਬਚ ਗਏ ਕੌਣ ਹੈ ਜਹਾਬਾਜ਼ ਸਿੱਖ ਪਾਇਲਟ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਦੇ ਬਾਰੇ ਹੀ ਜਾਣਕਾਰੀ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲਾਈਂਗ ਸਿੱਖ ਵਜੋਂ ਜਾਣੇ ਗਏ ਸਿੱਖ ਪਾਇਲਟ ਹਰਦਿੱਤ ਸਿੰਘ ਮਲਿਕ ਨੇ ਪਹਿਲੇ ਵਿਸ਼ਵ ਜੰਗ ਦੇ ਵਿੱਚ ਲੜਾਕੂ ਜਹਾਜ਼ ਉਡਾਏ ਸਨ ਤੇ ਹੁਣ ਸਦੀਆਂ ਬਾਅਦ ਇਸ ਜੰਗੀ ਨਾਇਕ ਦਾ ਪੁੱਤ ਇੰਗਲੈਂਡ ਦੇ ਸਾਊਥ ਹੈਮਪਟਨ 'ਚ ਲਗਾਇਆ ਗਿਆ ਹੈ ਹਰਦਿੱਤ ਸਿੰਘ ਮਲਿਕ ਪਹਿਲੇ ਵਿਸ਼ਵ ਯੁੱਧ ਦੇ ਪਹਿਲੇ ਭਾਰਤੀ ਅਤੇ ਜੁਝਾਰੂ ਸਿੱਖ ਪਾਇਲਟ ਹਨ ਜਿਨ੍ਹਾਂ ਦਾ ਜਨਮ ਸਨ 1892 ਨੂੰ ਰਾਵਲਪਿੰਡੀ ਦੇ ਇੱਕ ਸਿੱਖ ਪਰਿਵਾਰ ਵਾਰਚ ਹੋਇਆ ਸੀ ਜਦ 1914 ਵਿੱਚ ਜੰਗ ਸ਼ੁਰੂ ਹੋਈ ਸੀ ਤਾਂ ਉਸ ਵੇਲੇ ਹਰਦਿਤ ਸਿੰਘ ਆਕਸਫੋਰਡ ਯੂਨੀਵਰਸਿਟੀ ਵਿੱਚ ਦੂਜੇ ਸਾਲ ਦੇ ਵਿਦਿਆਰਥੀ ਸਨ ਕੋਰਸ ਪੂਰਾ ਕਰਨ ਤੋਂ ਬਾਅਦ ਫਰਾਂਸ ਦੀ ਰੈੱਡ ਕਰਾਸ ਵਿੱਚ ਨੌਕਰੀ ਸ਼ੁਰੂ ਕੀਤੀ। ਸਾਲ 1917 ਦੇ ਵਿੱਚ ਰਾਇਲ ਫਲਾਈਂਗ ਕੋਰਪਸ ਵਿੱਚ ਦਾਖਲਾ ਲਿਆ ਹਰਦਿਤ ਸਿੰਘ ਮਲਿਕ ਦੁਨੀਆ ਦੀ ਕਿਸੇ ਵੀ ਉਡਾਣ ਸੰਸਥਾ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਭਾਰਤੀ ਅਤੇ ਪਹਿਲੇ ਸਿੱਖ ਸਨ ਜਿਦੇ ਕਰਕੇ ਉਹਨਾਂ ਨੂੰ ਫਲਾਈਂਗ ਸਿੱਖ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਦੀ ਵਰਦੀ ਦੇ ਨਾਲ ਪੱਗ ਉੱਤੇ ਪਾਉਣ ਵਾਲਾ ਖਾਸ ਤਰ੍ਹਾਂ ਦਾ ਹੈਲਮਟ ਬਣਵਾਇਆ ਗਿਆ। ਪਹਿਲੀ ਵਿਸ਼ਵ ਜੰਗ ਖਤਮ ਹੋਣ ਤੋਂ ਬਾਅਦ ਉਹ ਭਾਰਤੀ ਸਿਵਲ ਸਰਵਿਸ ਵਿੱਚ ਭਰਤੀ ਹੋਏ ਜਿਦੇ ਵਿੱਚ ਲੰਡਨ, ਹੌਮਬਰਗ ਤੇ ਓਟਾਵਾ ਵਿੱਚ ਰੇਡ ਕਮਿਸ਼ਨਰ ਨਿਯੁਕਤ ਹੋਣਾ ਸ਼ਾਮਿਲ ਸੀ ਉਸ ਤੋਂ ਬਾਅਦ ਛੇਤੀ ਹੀ ਪਟਿਆਲਾ ਰਿਆਸਤ ਵਿੱਚ ਪ੍ਰਧਾਨ ਮੰਤਰੀ ਦੀ ਪਦਵੀ ਤੇ ਨਿਯੁਕਤ ਹੋਏ ਉਹਨਾਂ ਨੂੰ ਕੈਨੇਡਾ ਦੇ ਹਾਈ ਕਮਿਸ਼ਨਰ ਅਤੇ ਫਰਾਂਸ ਦੇ ਰਾਜਦੂਤ ਵੀ ਨਿਯੁਕਤ ਕੀਤਾ ਗਿਆ ਆਜ਼ਾਦ ਭਾਰਤ ਲਈ ਸਭ ਤੋਂ ਵੱਡੀ ਪ੍ਰਾਪਤੀ ਉਹਨਾਂ ਦੀ ਭਾਰਤ ਤੇ ਫਰਾਂਸ ਵਿੱਚ ਰਾਜਦੂਤ ਹੋਣ ਦੌਰਾਨ ਪਾਂਡੇਜੇਰੀ ਅਤੇ ਫਰਾਂਸੀਸੀ ਬਸਤੀਆਂ ਨੂੰ ਬਿਨਾਂ ਫੌਜੀ ਕਾਰਵਾਈ ਤੋਂ ਆਜ਼ਾਦ ਭਾਰਤ ਵਿੱਚ ਸ਼ਾਮਲ ਕਰਨਾ ਸੀ। ਪੰਜਾਬ ਵੰਡ ਵੇਲੇ ਭਾਰਤ-ਪਾਕਿਸਤਾਨ ਦੀਆਂ ਹੱਦਾਂ ਬਾਰੇ ਮਾਸਟਰ ਤਾਰਾ ਸਿੰਘ ਅਤੇ ਹੋਰ ਨੇਤਾਵਾਂ ਨਾਲ ਗੱਲਬਾਤ ਕਰਨ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸਨ 1956 ਵਿੱਚ ਸਿਵਲ ਸਰਵਿਸ ਦੀ ਰਿਟਾਇਰਮੈਂਟ ਤੋਂ ਬਾਅਦ ਗੋਲਫ ਦੇ ਖਿਡਾਰੀ ਵੱਜੋਂ ਹਰਦਿਤ ਸਿੰਘ ਮਲਿਕ ਨੇ ਵੱਡਾ ਮੁਕਾਮ ਹਾਸਲ ਕੀਤਾ। ਇਸੀ ਜਾਣਕਾਰੀ ਉਸ ਸਿੱਖ ਜਵਾਬਾਜ਼ ਦੀ ਜਿਨੇ ਪਹਿਲੀ ਵਿਸ਼ਵ ਜੰਗ ਤੋਂ ਸ਼ੁਰੂ ਹੋ ਕੇ ਦੇਸ਼ ਆਜ਼ਾਦ ਹੋਣ ਅਤੇ ਪੰਜਾਬ ਪਾਕਿਸਤਾਨ ਦੀ ਵੰਡ ਦੇ ਸਾਰੇ ਪਹਿਲੂ ਦੇਖੇ ਨੇ ਤੇ ਨਾਲ ਹੀ 1984 ਦੇ ਕਤਲੇਆਮ ਵੀ ਦੇਖੇ ਇੰਦਰਾ ਗਾਂਧੀ ਦੇ ਕਤਲ ਵਾਲੇ ਦਿਨ ਹੀ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਸੀ ਜਿੱਥੇ ਬਾਹਰ ਭੀੜ ਸਿੱਖਾਂ ਦੇ ਖੂਨ ਦੀ ਪਿਆਸੀ ਘੁੰਮ ਰਹੀ ਸੀ ਉੱਥੇ ਉਸ ਵੇਲੇ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਹਸਪਤਾਲ ਲੈ ਕੇ ਗਿਆ ਸੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਾਂਗੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ